ਝੱਕ ਸਰਕਾਰੀ ਰਹਿਣਾ ਔਰ ਮੈਂ ਇੱਕ ਉੱਥੇ ਖੂਹ ਬਣਾਇਆ 2016 ਅਤੇ ਉਹ ਜਿਹੜੀ ਲੇਬਰ ਪੇਮੈਂਟ ਕਾਨਮੇਦਾਰ ਹੋਈ ਹੈ ਉਸ ਤੋਂ ਬਾਅਦ ਅੱਜ ਦਿਨ ਤੱਕ ਰੇਤ ਬਜਰੀ ਪੱਥਰ ਜਿੰਨਾ ਮਟੀਰੀਅਲ ਕੋਈ ਸਰੀਆ ਸੀਮਿੰਟ ਵੀ ਮੈਂ ਮੁੱਲੇ ਲਿਆ ਕੋਈ 10 ਬੈਗ 30 ਬੈਗ ਇੰਨੇ ਦਿੱਤਾ ਹਾਂ ਨਾ ਕੋਈ ਸੀਮਿੰਟ ਦੀ ਪੇਮੈਂਟ ਹੋਈ ਹੈ ਔਰ ਨਾ ਹੀ ਇੰਨੇ ਨੇ ਮੀਂਹ ਜਿਹੜਾ ਇਹਨਾਂ ਜਿਹੜੀ ਕੋਈ ਕੈਰਜ ਕੁਰਜ ਗੱਡੀਆਂ ਦੀ ਕੋਈ ਕੱਖ ਅੱਜ ਔਰ ਵੀਡੀਓ ਵਲੋਗ ਵੀ ਚੱਲ ਗਿਆ ਮੈਂ ਤਾਂ ਥੱਕ ਗਿਆ ਅਤੇ ਬਾਕੀ ਆ ਕੋਈ ਸੁਣਾਈ ਨਹੀਂ ਅੱਜ ਤੱਕ ਕੋਈ ਹੱਲ ਨਹੀਂ ਹੈ ਅਤੇ ਗੱਲ ਹੈ ਕਿ ਮਜ਼ਦੂਰ ਬੜਾ ਜ਼ਿਆਦਾ ਹੋਇਆ ਅਤੇ ਕੁਛ ਨਾ ਕੁਛ ਹੱਲ ਕੀਤਾ ਜਾਏ ਇਹੀ ਕਹਿ ਚਾਹੀਦਾ ਕਿ ਪੈਸੇ ਲੱਭਣ ਟਾਈਮ ਸਿਰ ਪੈਸੇ ਲੱਭਣ ਹੁਣ 2018 ਜਾ ਕਰਦਾ ਤਾਂ ਹੁਣ 2-2.5 ਸਾਲ ਹੋ ਗਏ ਕੱਖ ਨਹੀਂ ਲੋਕਾਂ ਦਾ ਦੇਣ ਲੈਣ ਬੜਾ ਇਸ ਵਾਰ ਬਲਾਕ ਇਹ ਰੋਜ਼ ਬਲਾਕ ਤਾਂ ਮਾੜੇ ਕੋਲ ਇੱਥੇ ਹੀ ਹੁੰਦੇ ਨੇ ਸੇਰੀ ਗੇਟ ਪਰ ਤਾਂ ਮੈਂ ਵੀ ਉੱਥੇ ਜਾਂਦਾ ਰਹਿੰਦਾ ਕੋਈ ਗੌਰ ਹੀ ਨਹੀਂ ਕਰਦਾ ਇਹ ਜੀ ਹੋ ਜਾਂਦਾ ਪੈਸਾ ਹੀ ਨਹੀਂ ਹੈ ਪੈਸਾ ਹੀ ਨਹੀਂ ਪੈਸਾ ਪਤਾ ਨਹੀਂ ਕਿੱਥੋਂ ਆਉਣਾ ਸਰਕਾਰ ਆ ਦੀ ਹੈ ਪੈਸੇ ਦੀ ਕਮੀ ਕੋਈ ਨਹੀਂ ਹੈ ਆਪਕਾ ਸਵਾਗਤ ਹੈ ਮੈਂ ਚੌਧਰੀ ਕੁਲਦੀਪ ਸਿੰਘ ਆਜ ਹਮ ਸੇਰੀ ਕੇ ਵੀਡੀਓ ਬਲਾਕ ਮੇਂ ਪਹੁੰਚ ਚੁੱਕੇ ਹੈ ਜੋ ਕਿ ਆਜ ਸੁਬਹਾ 9:30 ਵਜੇ ਕਾ ਟਾਈਮ ਹੋ ਗਿਆ ਥਾ ਲੇਕਿਨ ਅਭੀ ਤੱਕ ਵੀਡੀਓ ਬਲਾਕ ਕਾ ਬੰਦਾ ਕੋਈ ਨਹੀਂ ਉਧਰ ਦਿਖਾ ਥਾ ਨਾ ਇਧਰ ਕੋਈ ਦਿਨ ਕੋ ਹੋਤਾ ਨਾ ਹੀ ਕੋਈ ਸੁਬਹਾ ਮਿਲਤਾ ਜਬ ਵੀ ਆਓ ਬੋਲਤੇ ਹੈ ਇਧਰ ਕੋਈ ਬਾਹਰ ਗਿਆ ਹੈ ਕੋਈ ਰਾਊਂਡ ਪੇ ਗਿਆ ਹੈ ਕੋਈ ਕਹੀਂ ਗਿਆ ਕੋਈ ਕਹੀਂ ਗਿਆ ਕੋਈ ਨਹੀਂ ਦਿਖਤਾ ਆਈਏ ਹਮ ਯਹਾਂ ਸੇ ਯਹਾਂ ਪੇ ਲੋਗੋਂ ਸੇ ਬਾਤ ਕਰਤੇ ਮੇਰਾ ਨਾਮ ਰਮੇਸ਼ ਚੌਧਰੀ ਹੈ ਮੈਂ ਡੀਂਗ ਪੰਚਾਇਤ ਕੇ ਰਹਿਣੇ ਵਾਲਾ ਹੂੰ ਮੈਂ ਯੇ ਕਹਿਤਾ ਹੂੰ ਕਿ ਜੇ ਸਰਕਾਰ ਕੀ ਤਰਫ ਸੇ ਬਹੁਤ ਬੜੇ ਬੜੇ ਦਾਅਵੇ ਕੀਏ ਜਾਤੇ ਹੈ ਕਿ ਕਾਮ ਬਹੁਤ ਅੱਛੇ ਚੱਲ ਰਹੇ ਹੈ ਹਮੇ ਜੇ ਯਹਾਂ ਪੇ ਜ਼ਮੀਨੀ ਸਤਹ ਮੇਂ ਦੇਖਾ ਜਾਏ ਤੋ ਸਭ ਖੋਖਲੇ ਹੈ ਸਰਕਾਰੇ ਵਾਅਦੇ ਬਹੁਤ ਬੜੇ ਬੜੇ ਕਰਤੀ ਹੈ ਲੇਕਿਨ ਕਾਮ ਜ਼ਮੀਨੀ ਸਤਹ ਮੇਂ ਕੁਛ ਨਹੀਂ ਹੈ ਸਭ ਖੋਖਲੇ ਹੈ ਹਮਾਰੀ ਡੀਸੀ ਸਭ ਸੇ ਜੇ ਗੁਜ਼ਾਰਿਸ਼ ਹੈ ਕਿ ਜੇ ਜੋ ਵੀਡੀਓ ਬਲਾਕ ਸੇਰੀ ਹੈ ਯਹਾਂ ਆਫਿਸ ਕਾ ਕੋਈ ਟਾਈਮ ਜੋ ਮੁਲਾਜ਼ਮ ਹੈ ਵੋ ਕੋ ਆਨੇ ਜਾਣੇ ਕਾ ਟਾਈਮ ਇਨਕੇ ਕੋਈ ਠੀਕ ਨਹੀਂ ਹੈ 9 ਵਜ ਚੁੱਕੇ ਹੈ ਔਰ ਵੀਡੀਓ ਬਲਾਕ ਕਾ ਚੱਕਰ ਹਮਨੇ ਲਗਾਇਆ ਹੈ ਲੇਕਿਨ ਕੋਈ ਵਹਾਂ ਇੱਕ ਖਾਲੀ ਵੋ ਜੋ ਜਿਸਨੇ ਦਰਵਾਜ਼ਾ ਖੋਲਨਾ ਹੈ ਵੋ ਆਇਆ ਹੁਆ ਥਾ ਸਿਰਫ ਆਫਿਸ ਕਾ ਦਰਵਾਜ਼ੇ ਖੁੱਲੇ ਹੋਏ ਥੇ ਇੱਕ ਹੀ ਲੜਕਾ ਆਇਆ ਹੁਆ ਥਾ ਬਾਕੀ ਕੋਈ ਸਟਾਫ ਨਹੀਂ ਥਾ 9 ਵਜ ਚੁੱਕੇ ਥੇ ਔਰ ਜਹਾਂ ਪੇ ਮਨ ਮਰਜ਼ੀ ਸੇ ਸਟਾਫ ਆਤਾ ਔਰ ਮਨ ਮਰਜ਼ੀ ਸੇ ਚਲਾ ਜਾਤਾ ਹੈ ਨਾ ਤੋ ਕਿਸੀ ਗਰੀਬ ਲੋਗੋਂ ਕੇ ਕਾਮ ਹੋਤੇ ਹੈ ਲੋਗੋਂ ਕੋ ਕਾਫੀ ਦੂਰ ਦੂਰ ਸੇ ਜੇ 8 ਪਹੁੰਚਾਤੇ ਹੈ ਸੇਰੀ ਬਲਾਕ ਕੇ ਅੰਡਰ ਕਾਫੀ ਦੂਰ ਦੂਰ ਤੱਕ ਚੱਕਰ ਲਗਾਉਣੇ ਪੜਤੇ ਹੈ ਲੋਗੋਂ ਕੋ ਲੇਕਿਨ ਲੋਗੋਂ ਕੇ ਕਾਮ ਹੈ ਜੋ ਛੀਟੇ ਨਿਕਾਲਨੀ ਹੈ ਵੋ ਨਹੀਂ ਨਿਕਾਲੀ ਜਾਤੀ ਕੋਈ ਵੀ ਜੋ ਕਾਮ ਹੈ ਲੋਗੋਂ ਕਾ ਕਿਸੀ ਨੇ ਡਿਮਾਂਡ ਫਾਰਮ ਦੇ ਕੇ ਵੋ ਕਰਨਾ ਹੈ ਲੇਕਿਨ ਟਾਲ ਮਟੋਲੀ ਕੀ ਜਾਤੀ ਹੈ ਕੋਈ ਯਹਾਂ ਪੇ ਕਾਮ ਵੋ ਨਹੀਂ ਕੀਆ ਜਾਂਦਾ ਵੀਡੀਓ ਸਾਹਿਬ ਹੈ ਵੋ ਆਏ ਹੈ ਅਭੀ ਨਹੀਂ ਆਏ ਹੈ ਅੱਛੇ ਹੈ ਵੀਡੀਓ ਸਾਹਿਬ ਲੇਕਿਨ ਵਹਾਂ ਪੇ ਉਨਕੀ ਵੀ ਨਹੀਂ ਸੁਣੀ ਜਾਤੀ ਮੇਰੇ ਕੋ ਤੋ ਐਸਾ ਲੱਗਦਾ ਹੈ ਕਿਉਂਕਿ ਅਗਰ ਵੀਡੀਓ ਸਾਹਿਬ ਕੀ ਸੁਣੀ ਜਾਤੀ ਤਾਂ ਉਹ ਸਟਾਫ ਕਾ ਆਉਣਾ ਜਾਣਾ ਟਾਈਮ ਕਾ ਅੱਛਾ ਹੁੰਦਾ ਲੇਕਿਨ ਸਟਾਫ ਆਪਣੀ ਮਨ ਮਰਜ਼ੀ ਕਰਦਾ ਹੈ ਨਾ ਤਾਂ ਉਹ ਵੀਡੀਓ ਸਾਹਿਬ ਕੀ ਸੁਣਦਾ ਨਾ ਆਮ ਪਬਲਿਕ ਕੀ ਗਰੀਬ ਲੋਕ ਖੱਜਲ ਹੋ ਰਹੇ ਹੈ ਡੀ ਸੀ ਸਾਹਿਬ ਸੇ ਜੇ ਰਿਕੁਐਸਟ ਹੈ ਇਨਕੇ ਉੱਪਰ ਸ਼ਿਕੰਜਾ ਕਸਾ ਜਾਏ ਮੈਂ ਰਹਿਤਾ ਹੂੰ ਹਮਨੇ ਵੀਡੀਓ ਬਲਾਕ ਕੇ ਕਾਮ ਜੋ ਛੋਟੇ ਮੋਟੇ ਕਾਮ ਹੈ ਗਲੀ ਗੁੱਚੇ ਕੇ 2-2 ਸਾਲ ਹੋਏ ਵੋ ਕਰਾਏ ਹੋਏ ਹੈ ਉਨਕੇ ਬਿੱਲ ਅਭੀ ਤੱਕ ਹਮੇਂ ਨਹੀਂ ਮਿਲੇ ਹਮ ਦਫ਼ਤਰ ਮੈਂ ਇੱਕ ਹਫ਼ਤੇ ਮੈਂ 4-4 ਚੱਕਰ ਕਾਟਤੇ ਹੈ ਮਗਰ ਉੱਧਰ ਮਿਲਤਾ ਹੀ ਕੋਈ ਨਹੀਂ ਹੈ ਉੱਧਰ ਬੈਠਤਾ ਹੀ ਕੋਈ ਨਹੀਂ ਹੈ ਦਫ਼ਤਰ ਬਰਾਂਡ ਪੜਾ ਹੈ ਜੈਸੇ ਜੰਗਲ ਹੋਤਾ ਹੈ ਵੈਸੇ ਦਫ਼ਤਰ ਹੈ ਉੱਧਰ ਮੁਲਾਜ਼ਮ ਨਹੀਂ ਮਿਲਤਾ ਕੋਈ ਤੋ ਜੇ ਕਹਾਂ ਸੇ ਬਿੱਲ ਪਾਸ ਹੋਗੇ ਲੋਕ ਕਿਆ ਕਰੇ ਔਰ ਕਾਮ ਕਿਸ ਤਰ੍ਹਾਂ ਕਰਾਏ ਆਗੇ ਹਮ ਯਹੀ ਪੁੱਛਣਾ ਚਾਹਤੇ ਹੈ ਕਿ ਜੇ ਕਾਮ ਕਿਸ ਤਰ੍ਹਾਂ ਚਲੇਂਗੇ ਵੀਡੀਓ ਕੋਲ ਆ ਕੇ ਸਰਕਾਰ ਸੇ ਕਿਆ ਚਾਹਤੇ ਹੈ ਸਰਕਾਰ ਸੇ ਹਮ ਯਹੀ ਅਪੀਲ ਕਰਤੇ ਹੈ ਕਿ ਵੋ ਇਨ ਪਰ ਨਿਗਰਾਨੀ ਕਰੇ ਵੋ ਇਨਕੋ ਦੇਖੇ ਕਿ ਯੇ ਕਿਆ ਕਰ ਰਹੇ ਹੈ ਵੋ ਕਹਾਂ ਰਹਤੇ ਹੈ ਜੋ ਕਾਂ ਵੀਡੀਓ ਕੇ ਖੁਦ ਨਹੀਂ ਆਤਾ ਕੋਈ ਇਸਕਾ BLW ਨਹੀਂ ਆਤਾ ਕੋਈ ਇਸਕਾ ਦੂਸਰਾ ਨਹੀਂ ਬੈਠਤਾ ਇਧਰ ਬੈਠਤਾ ਹੀ ਕੋਈ ਨਹੀਂ ਹੈ ਜੇ ਦਫ਼ਤਰ ਖਾਲੀ ਪੜੇ ਹੋਏ ਉੱਥੇ ਅੱਛਾ ਹਾਂ ਤੋ ਵੋ ਔਰ ਕਾਮ ਹੀ ਬੰਦ ਹੈ ਉਧਰ ਬੈਠਤਾ ਹੀ ਕੋਈ ਨਹੀਂ ਉਧਰ ਪ੍ਰੋਬਲਮ ਹੀ ਪ੍ਰੋਬਲਮ ਹੈ ਦੇਖਣਾ ਚਾਹੀਏ ਉਨਕੋ ਆਕਰ ਤੋ ਯਹਾਂ ਕੇ ਲੋਕਲ ਜੋ ਉਧਰ ਮੁਲਾਜ਼ਮ ਹੈ ਬਾਤ ਤੋ ਸਹੀ ਯਹੀ ਹੈ ਕਿ ਯਹਾਂ ਕੇ ਮੁਲਾਜ਼ਮ ਸਭ ਲੋਕਲ ਹੈ ਲੋਕਲ ਮੁਲਾਜ਼ਮ ਹੈ ਉਹ ਲੋਕਲ ਮੁਲਾਜ਼ਮ ਆਪਣੇ ਕਾਮ ਮੇਂ ਬੀਜ਼ੀ ਰਹਤੇ ਹੈ ਫੀਲਡ ਕਾ ਬਹਾਨਾ ਬਣਾ ਕੇ ਆਫਿਸ ਮੇਂ ਨਹੀਂ ਆਉਣਾ ਆਪਸ ਮੇਂ ਨਹੀਂ ਆਉਣਾ 2-2 ਮਹੀਨੇ ਤੱਕ 3-3 ਮਹੀਨੇ ਤੱਕ ਉਸਕੇ ਬਾਰੇ ਮੇਂ ਕਿਆ ਕਹਿੰਦੇ ਜੇ ਤੋ ਗਦਰ ਪੜ ਗਿਆ ਇਧਰ ਦੇਖੋ ਇਧਰ ਅਗਰ ਮਤਲਬ ਗਾਉਂ ਮੇਂ ਕਿਸੀ ਕਾ ਸੈਂਟਰ ਨਜ਼ਦੀਕ ਹੋਣੇ ਕੇ ਕਾਰਨ ਵੋ ਬਿਲਕੁਲ ਨਹੀਂ ਆਤੇ ਵੋ ਜਬ ਪੁੱਛਤੇ ਹੈ ਵੋ ਕਹਤੇ ਹੈ ਕਿ ਹਮ ਫੀਲਡ ਮੇਂ ਗਏ ਹੋਏ ਥੇ ਹਮ ਵਹਾਂ ਗਏ ਹੋਏ ਥੇ ਗਾਂ ਗਏ ਹੋਏ ਕਹੀਂ ਵੀ ਨਹੀਂ ਵੋ ਘਰ ਬੈਠੇ ਹੋਏ ਹੋਤੇ ਹੈ ਸਭ ਲੋਕਲ ਮੁਲਾਜ਼ਮੋਂ ਕਾ ਯਹੀ ਤੋ ਹਾਲ ਹੈ ਅਟੈਂਡੈਂਸ ਤੋ ਹੋਣੀ ਚਾਹੀਏ ਨਾ ਆਫਿਸ ਮੇਂ ਉਨਕੀ ਅਟੈਂਡੈਂਸ ਵੋ ਲਗਾ ਲੇਤੇ ਹੈ ਇੱਕ ਹੀ ਦਿਨ ਸਾਰੀ ਅੱਛਾ ਅਟੈਂਡੈਂਸ ਕਾ ਕਿਆ ਹੈ